तरफाना तो पहला तो चुप रहे कि चल साढ़े भी थोड़े अगर की काम लगे जब असी गए मेरे मुंडे ने मारिया रात बिचे मेरे तरफान सिर पर मारती मैनू मेरे सहरे में सहरा मेरा छुड़ा रह गया साढ़े जिते देखा उत्थे मारी गया ही नहीं हटे सारे जगह कट्ठे भी दुनिया बहुत हुई असी चिट्टा ये लाने भांगे पीते सब कुछ यही खाते हैं सारे पिंड पता पहला भी पता नहीं किन्ने पाचे कटाए इन्होंने सानू देख के कृपान तो डंडिया के नाल हमला कर दिता मेरे तो मेरी मदर के उपर मेरे दादा जी छुड़ाते सन लड़ाई जी इस करके कि पहला मेरा रिश्ता होया पिंड शेखूपुर उन्होंने मेरा भानी मार के रिश्ता तोड़वा दिता बाद फिर मेरे वाल ऐद देखते हूँ मेरे तो की भालते हैं मैं तो पहले ही मर गया मेरा रिश्ता तोड़वा दिता मेरे रिश्तेदार पता लग गया सारे फगवाड़ा के नेड़े पिंड मलकपुर च दो धरां विचकार रिश्ते च भानी मारन दे चलदिआं लड़ाई झगड़ा हो गया जिस दौरान दोनों धरां विच कृपाना दात कड़े ते इट्टां रोड़े खूब चले जिस दौरान दोनों धरां लहू लुहान हो गए सिविल हस्पताल फगवाड़ा विखे पहुंचियां जिथे जख्मी औरत ने दस्सिआ कि दूजी धिर दे लड़के का नशा पत्ता खाण कारण रिश्ता टुट गया सी जिस दे दोषी उन्हां दस रहे हन ते दूजी धिर दे मुंडिआं वल्लों इकट्ठे हो के उन्हां ते हमला कर दिता गया ते कृपान दा सिद्धा वार उसके सिर विच कीता गया हवेली असी गए जी इन्हों का किसी का रिश्ता होंगे सी सानू कोई पता नहीं मुंडे नशा पत्ता खाले भी किसी ने जवाब देता ना तो किन दिन का खैबट कर गया सी हवेली पट्ठे कुटन का उत्थे साडा पापा सी मेरा मुंडा एक मुंडे ने दात सीगा ये दात का दात कृपाना तो पहला तो चुप रहे कि चल साढ़े भी थोड़े अगर की काम लगे जब असी गए मेरे मुंडे ने मारिया दात बिचे मेरे कृपान सिर पर मारती जस्सू सीगा बिच निकू सी बाकी और दुबी हुई सारे मुंडे महल्ले उन्होंने जिन्हे से सारे कट्ठे करके सानू फड़ लिया जोड़ा निकू से उन्हें मेरे कपड़े फड़ लिया कहने तू फड़ ले फड़ ला तो सारे साढ़े लाका मार कटाई कर जो मेरा मुंडा है नहीं सी बड़ा मैनू मेरे सहरे में सहरा मेरा छुड़ा रह गया साढ़े जिते देखा उत्थे मारी गया ही नहीं हटे सारे जगह कट्ठे भी दुनिया बहुत हुई सी पर छुड़ा छुड़ा वाला इन्ना थोड़ा नहीं सारी दुनिया इधर लगती होंगी है ਕਿਹੜੇ ਪਿੰਡ ਤੋਂ ਆਈ ਆਪਾਂ ਮਾਲਕਪੁਰ ਤੋਂ ਆ ਇਹਨਾਂ ਦੀ ਕਿਹੜੀ ਇੱਕ ਲੜਾਈ ਹੋਵੇ ਜਿਸ ਵਿੱਚ ਇੱਕ ਨਾ ਹੋਈ ਹੋਵੇ ਤਾਂ ਹੀ ਅਸੀਂ ਸਾਡੇ ਨਾਲ ਇਹ ਨਹੀਂ ਕੀ ਕਰ ਲੈਣਾ ਕੋਲ ਤਾਂ ਹਵੇਲੀ ਹੈ ਸਾਡੀ ਕਿਹੜੀ ਦੂਰ ਆ ਕੋਈ ਸਾਡੀ ਕਿਹੜੀ ਇਹਨਾਂ ਨੂੰ ਕੋਈ ਦੋਸ਼ ਨਹੀਂ ਸੀ ਇਹ ਬਸ ਇਹੀ ਕਹੀ ਉਹਨੇ ਤੁਸੀਂ ਜਵਾਬ ਦਵਾ ਰਸਤੇ ਤੋਂ ਮੈਂ ਕਿਹਾ ਅਸੀਂ ਸਾਨੂੰ ਕੀ ਲੋੜ ਆ ਜਿਹੜੇ ਮੁਸ਼ੇਕਪੁਰ ਤੋਂ ਜਿਹੜੀ ਕੁੜੀ ਦਾ ਰਸਤਾ ਹੁੰਦਾ ਸੀ ਉਹਨਾਂ ਨੂੰ ਬੋਲਦੇ ਸੀ ਅਸੀਂ ਕਿ ਉਹਨਾਂ ਨੂੰ ਤਾਂ ਭਾਜੀ ਤੂੰ ਆ ਕੇ ਸਾਨੂੰ ਦੱਸ ਉਹ ਵੀ ਨਹੀਂ ਆਇਆ ਹੈਗਾ ਫਿਰ ਸਾਡੇ ਇਹ ਕਿੰਨੇ ਵਜੇ ਲੜਾਈ ਹੋਈ ਇਹ ਲੜਾਈ ਹੋਈ ਆ 5:30 ਤੇ ਪੁਲਿਸ ਆਈ ਸੀ ਬਸ ਕੋਈ ਨਹੀਂ ਆਈ ਅਸੀਂ ਸਿੱਧੇ ਇੱਥੇ ਹਸਪਤਾਲ ਆ ਗਏ ਪੁਲਿਸ ਨੂੰ ਦੱਸਿਆ ਨਹੀਂ ਅਸੀਂ ਨਹੀਂ ਹੋਈ ਕਿੱਥੋਂ ਦੱਸਣਾ ਜਾਂ ਸਾਡੇ ਸੱਟਾ ਹੀ ਨਹੀਂ ਜਾਦੇ ਮਾਰਤੀ ਹੁਣ ਉੱਦੇ ਮਾੜ ਮੋਟੀਆਂ ਆ ਕੇ ਅੰਮਾ ਕਰ ਆ ਗਏ ਆਪ ਕੋ ਕਰਾ ਦੇ ਮਾਸ ਤਾਂ ਅਸੀਂ ਕੁਝ ਨਹੀਂ ਕਰਾਇਆ ਜੋ ਨਹੀਂ ਸਾਡੇ ਮਾਰਿਆ ਸੀ ਤਾਂ ਉਹੀ ਲਿਖਾਇਆ ਨਾ ਨਾ ਸਾਨੂੰ ਹੋਰ ਵਾਧੂ ਕੋ ਕਰਨੇ ਦੀ ਲੋੜ ਸੀ ਜਿਹੜਾ ਕੀਤਾ ਸੀ ਅਸੀਂ ਤਾਂ ਉਹੀ ਆ ਨਾ ਸਾਨੂੰ ਕੋਈ ਲੋੜ ਹੀ ਆ ਵੱਢ ਵਢਾ ਦੇ ਕਰੀ ਨਹੀਂ ਇਹਦਾ ਉੱਥੇ ਹਵੇਲੀ ਫੜਲੀ 'ਚ ਰੱਖ ਲੈਣ ਉੱਥੋਂ ਸਾਰੇ ਚੁੱਕ ਕੇ ਇੱਕ ਦੂਜੇ ਮਾਰਨੇ ਤੁਰ ਪੈਂਦੇ ਆ ਇਹਨਾਂ ਨੂੰ ਕੋਈ ਪਿੰਡ ਚੋਂ ਕਹਿਣ ਵਾਲਾ ਨਹੀਂ ਨਾ ਇਹਨਾਂ 'ਤੇ ਕਿਹੜੀ ਇੱਕ ਪੰਚਾਇਤ ਹੁੰਦੀ ਤੀਜੇ ਚੌਥੇ ਦਿਨ ਇਹਨਾਂ ਦਾ ਪਰਚਾ ਹੁੰਦਾ ਇੱਕ ਦਿਨ ਨਹੀਂ ਇਹਨਾਂ ਦਾ ਪਰਚਾ ਹੁੰਦਾ ਇਹਨਾਂ ਦੇ ਪਰਚੇ ਹੁੰਦੇ ਰਹਿੰਦੇ ਸਾਰੀ ਪੰਚਾਇਤ ਨੂੰ ਪਤਾ ਇਹਨਾਂ ਦੇ ਪਰਚੇ ਹੁੰਦੇ ਕਹਿੰਦੇ ਸਾਡੀ ਦੱਸਣ ਕਿਤੇ ਵੀ ਕਿਤੇ ਲੜਾਈ ਹੋਈ ਹੈ ਇਹ ਜਾ ਕੇ ਮੇਰੇ ਸਹੁਰੇ ਨੂੰ ਸਾਰਿਆਂ ਨੂੰ ਸਾਡੇ ਦੁਆਲੇ ਲੱਗ ਗਿਆ ਸਾਡਾ ਭਾਪੇ ਨੂੰ ਛੜਾ ਨਹੀਂ ਦਿੰਦਾ ਮਸੀਂ ਸਾਡਾ ਭਾਪਾ ਛੜਾਉਂਦਾ ਪਰ ਮੇਰੀ ਪੇਲ 'ਚ ਨਹੀਂ ਜਾਣ ਦਿੰਦੇ ਇਸੇ ਤਰ੍ਹਾਂ ਅਜੇ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਉਸ ਦੇ ਭਰਾ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਜਦੋਂ ਉਹ ਪੱਠੇ ਕੁੱਤਣ ਜਾ ਰਹੇ ਸਨ ਤਾਂ ਦੂਜੀ ਧਿਰ ਦੇ ਨੌਜਵਾਨਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਮੇਰਾ ਨਾਮ ਅਜੇ ਕੁਮਾਰ ਆ ਮਲਕਪੁਰ ਵਿੱਚ ਜਿਹੜੀ ਕਿ ਅੱਜ ਲੜਾਈ ਹੋਈ ਆ ਮੇਰੇ ਬ੍ਰਦਰ ਨਾਲ ਕੁੱਟਮਾਰ ਕੀਤੀ ਪੈਂਟ ਦੇ ਮੁੰਡਿਆਂ ਨੇ ਜਿੱਦਾਂ ਕਿ ਉਹ ਪੈਂਟ ਦੇ ਮੁੰਡੇ ਦਾ ਜਿਹਦਾ ਨਾਮ ਘੁੰਨੂ ਉਹਦਾ ਰਿਸ਼ਤਾ ਹੁੰਦਾ ਪਿਆ ਸੀਗਾ ਤਾਂ ਉਹ ਰਿਸ਼ਤਾ ਕਿਸੇ ਵਜ੍ਹਾ ਨਾਲ ਰੱਦ ਹੋ ਗਿਆ ਉਹ ਰਿਸ਼ਤਾ ਨਹੀਂ ਹੋ ਸਕਿਆ ਕਿਸੇ ਪਿੰਡ ਦੇ ਬੰਦੇ ਨੇ ਭਾਨੀ ਮਾਰ ਦਿੱਤੀ ਮੈਂ ਤਾਂ ਮੇਰਾ ਭਰਾ ਵਿਜੇ ਅਸੀਂ ਪੱਠੇ ਕੁਕਰਨ ਜਾਂਦੇ ਪਏ ਸੀ ਹਵੇਲੀ ਨੂੰ ਤਾਂ ਉਹਨਾਂ ਦੋਨਾਂ ਨੇ ਸਾਨੂੰ ਦੇਖ ਕੇ ਕਿਰਪਾਨ ਅਤੇ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਮੇਰੇ ਅਤੇ ਮੇਰੀ ਮਦਰ ਦੇ ਉੱਪਰ ਮੇਰੇ ਦਾਦਾ ਜੀ ਛੁੜਾਉਂਦੇ ਸਨ ਅਤੇ ਉਹਨੀ ਦੋਨਾਂ ਨੇ ਬਹੁਤ ਤੇਜ਼ ਧਾਰ ਤਲਵਾਰਾਂ ਨਾਲ ਹਮਲਾ ਤੁਹਾਡੀ ਮਦਰ ਦਾ ਨਾਂ ਕੀ ਹੈ ਨੀਲਮ ਦਾਦਾ ਜੀ ਦਾ ਨਾਂ ਪਾਖਰ ਰਾਮ ਤਾਂ ਉਹ 2-3 ਦਿਨਾਂ ਤੋਂ ਖੁੰਦਕ ਰੱਖਦੇ ਪਏ ਸੀ ਸਾਡੇ ਨਾਲ ਇੱਕ ਦਿਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹਨੀ ਕੁੱਟਮਾਰ ਮੇਰੇ ਭਰਾ ਦੇ ਨਾਲ ਕੀਤੀ ਸੀ ਇੱਕ ਮਹੀਨਾ ਪਹਿਲਾਂ ਉਹੀ ਹੁਣ ਉਹਨਾਂ ਦੇ ਮਨ ਵਿੱਚ ਇਹ ਕਿ ਉਹ ਰਿਸ਼ਤਾ ਅਸੀਂ ਤੜਾਇਆ ਹੈ ਕਿ ਇਸ ਤੋਂ ਹੀ ਉਹਨੂੰ ਸਾਡੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਇਹ ਜਿਹੜੀ ਲੜਾਈ ਹੈ ਰਿਸ਼ਤੇ ਨੂੰ ਲੈ ਕੇ ਹੋਈ ਹੈ ਇਹ ਲੜਾਈ ਰਿਸ਼ਤੇ ਨੂੰ ਹੀ ਲੈ ਕੇ ਹੋਈ ਹੈ ਅਤੇ ਇਸ ਮੌਕੇ ਵਿਜੇ ਨੇ ਦੱਸਿਆ ਕਿ ਦੂਜੀ ਧਿਰ ਦੇ ਨੌਜਵਾਨ ਸ਼ਰਿਆਮ ਚਿੱਟਾ ਦੇ ਭੰਗ ਪੀਂਦੇ ਹਨ ਅਤੇ ਪਹਿਲਾਂ ਵੀ ਇਹਨਾਂ 'ਤੇ ਕਾਫੀ ਪਰਚੇ ਦਰਜ ਹਨ ਨਾਲੇ ਉਹਨਾਂ ਦਾ ਇੱਕ ਰੋਪ ਇਹ ਆ ਕਿ ਕਹਿੰਦੇ ਕਿ ਸਾਡਾ ਕੋਈ ਰਿਸ਼ਤਾ ਵਗੈਰਾ ਹੋਇਆ ਸੀਗਾ ਉਹ ਰਿਸ਼ਤੇ ਦਾ ਬਈ ਕੋਈ ਚੱਕਰ ਹੀ ਨਹੀਂ ਬਈ ਯਾਰ ਇਦਾਂ ਦਾ ਅੱਛਾ ਜੀ ਉਹਦੇ ਜਿੱਦਾਂ ਹੁਣ ਸਾਡੇ ਰਿਸ਼ਤੇਦਾਰ ਆ ਉਹ ਸਾਨੂੰ ਪੁੱਛਣ ਆਏ ਮੁੰਡੇ ਕੀ ਕਰਦੇ ਕੀ ਨਹੀਂ ਕਰਦੇ ਹੁਣ ਸਾਡਾ
ਕਰਦੇ ਆ ਦੱਸਣ ਦਾ ਕੀ ਕਰਦੇ ਆ ਦੱਸਿਆ ਖਾਂਦੇ ਪੀਂਦੇ ਆ ਸਾਰੇ ਚਿੱਟਾ ਇਹ ਲਾਉਂਦੇ ਭਾਂਗੇ ਇਹ ਪੀਂਦੇ ਸਭ ਕੁਝ ਇਹ ਖਾਂਦੇ ਆ ਸਾਰਿਆਂ ਨੂੰ ਪਿੰਡ ਦਿਆਂ ਨੂੰ ਪਤਾ ਪਹਿਲਾਂ ਵੀ ਪਤਾ ਨਹੀਂ ਕਿੰਨੇ ਪਰਚੇ ਕਟਾਏ ਇਹਨਾਂ ਦੇ ਪਿੰਡ ਦਿਆਂ ਨੇ ਦੂਜੀ ਧਿਰ ਦੇ ਨੌਜਵਾਨ ਨੇ ਉਲਟਾ ਆਰੋਪ ਲਗਾਇਆ ਕਿ ਪਹਿਲੀ ਧਿਰ ਨੇ ਰਲ ਕੇ ਉਹਨਾਂ 'ਤੇ ਹਮਲਾ ਕੀਤਾ ਅਤੇ ਉਹਨਾਂ ਦੱਸਿਆ ਕਿ ਉਸਦਾ ਰਿਸ਼ਤਾ ਵੀ ਭਾਨੀ ਮਾਰ ਕੇ ਤੁੜਵਾ ਦਿੱਤਾ ਗਿਆ ਸੀ ਹਾਂਜੀ ਮੈਂ ਆਪਣੀ ਹਵੇਲੀ ਪੱਠੇ ਕੁਤਰਦਾ ਸੀਗਾ ਕੂਲਰ ਤੋਂ ਪਾਣੀ ਲੈਣ ਗਿਆ ਉਹਨਾਂ ਦਾ ਮੁੰਡਾ ਸਾਡੇ ਵੱਲ ਦੇਖੀ ਜਾਂਦਾ ਗੁਆਂਢੀਆਂ ਤਾਂ ਬਾਅਦ ਵਿੱਚ ਮੈਂ ਫਿਰ ਪਾਣੀ ਲੈ ਕੇ ਆਇਆ ਬਾਅਦ ਵਿੱਚ ਫਿਰ ਮੇਰੇ ਵੱਲ ਦੇਖਦਾ ਰਿਹਾ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਕੀ ਗੱਲ ਹੋ ਗਈ ਉਹਨੇ ਵੀ ਇੰਨੀ ਗੱਲ ਦੇ ਵਿੱਚ ਤਿੰਨ ਦੋ ਭਰਾ ਸੀਗੇ ਇੱਕ ਉਹਨਾਂ ਦਾ ਬਾਪੂ ਸੀਗਾ ਇੱਕ ਉਹਨਾਂ ਦੀ ਮਾਤਾ ਸੀਗੀ ਮੁੰਡਿਆਂ ਦੀ ਉਹਨੇ ਤਿੰਨਾਂ ਚੌਹਾਂ ਜਣਿਆਂ ਨੂੰ ਰਲ ਕੇ ਮੇਰੇ ਸਾਹਿਬ ਦੇ ਵਿੱਚ ਬੜੇ ਮਾਰਨੇ ਸ਼ੁਰੂ ਕਰ ਦਿੱਤੇ ਕਿੰਨੇ ਵਜੇ ਹੋਇਆ ਇਹ ਹਾਂਜੀ ਕਿੰਨੇ ਵਜੇ ਹੋਇਆ ਇਹ ਹੋਇਆ ਜੀ ਅੱਧਾ ਕੁ ਘੰਟਾ ਪਹਿਲਾਂ ਦੀ ਗੱਲ ਹੈ ਜੀ ਅਤੇ ਲੜਾਈ ਗੱਲ ਨਹੀਂ ਕੀਤੀ ਉਹਨਾਂ ਨੇ ਤੁਹਾਡੇ ਨਾਲ ਲੜਾਈ ਜੀ ਇਸ ਕਰਕੇ ਕੀਤੀ ਪਹਿਲਾਂ ਮੇਰਾ ਰਿਸ਼ਤਾ ਹੋਇਆ ਸੀਗਾ ਨਾਲ ਦੇ ਪਿੰਡ ਸ਼ੇਖੂਪੁਰ ਉਹਨਾਂ ਨੇ ਮੇਰਾ ਭਾਨੀ ਮਾਰ ਕੇ ਰਿਸ਼ਤਾ ਤੁੜਵਾ ਦਿੱਤਾ ਤਾਂ ਬਾਅਦ ਵਿੱਚ ਫਿਰ ਮੇਰੇ ਵੱਲ ਇੱਦਾਂ ਦੇਖਦੇ ਸੀਗੇ ਤੁਸੀਂ ਰਿਸ਼ਤਾ ਤੁੜਵਾ ਦਿੱਤਾ ਮੇਰਾ ਠੀਕ ਆ ਹੁਣ ਮੇਰੇ ਤੋਂ ਕੀ ਭਾਲਦੇ ਆ ਮੈਂ ਤਾਂ ਪਹਿਲੇ ਮਰ ਗਿਆ ਮੇਰਾ ਰਿਸ਼ਤਾ ਤੁੜਵਾ ਦਿੱਤਾ ਮੇਰੇ ਰਿਸ਼ਤੇਦਾਰਾਂ ਦੇ ਵਿੱਚ ਪਤਾ ਲੱਗ ਗਿਆ ਸਾਰਿਆਂ ਨੂੰ ਜਿਹਨਾਂ ਨੇ ਤੁਹਾਨੂੰ ਮਾਰਿਆ ਉਹਨਾਂ ਦੇ ਨਾਂ ਨੂੰ ਕੀ ਆ ਉਹਦਾ ਨਾਂ ਹੈ ਅਜੇ ਇੱਕ ਦਾ ਨਾਂ ਜੀ ਇੱਕ ਦਾ ਨਾਂ ਬੀਜੇ ਆ ਪਾਪਾ ਉਹਨਾਂ ਦਾ ਨਾਲ ਸਕਾ ਉਹਦਾ ਨਾਂ ਪੱਖ ਰਿਹਾ ਜੀ ਮਾਤਾ ਦਾ ਨਾਂ ਨੀਲਮ ਆ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੋ ਪਾਰਟੀਆਂ ਲੜਾਈ ਝਗੜਾ ਕਰਕੇ ਹਸਪਤਾਲ 'ਚ ਪਹੁੰਚੀਆਂ ਹਨ ਜਿਨ੍ਹਾਂ ਦਾ ਪਰਚਾ ਕੱਟਿਆ ਜਾ ਰਿਹਾ ਹੈ ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਸਿਵਲ ਹਸਪਤਾਲ ਫਗਵਾੜਾ ਸ਼ਾਮ ਦੀ ਛੁੱਟੀ ਦੇ ਤਣਾਅ ਤਾਂ ਮੇਰੀ ਡਿਊਟੀ ਦੌਰਾਨ ਦੋ ਪਾਰਟੀਆਂ ਲੜਕੀਆਂ ਆਈਆਂ ਮਲਕਪੁਰ ਪਿੰਡ ਦੇ ਆ ਇੱਕ ਪਾਰਟੀ ਹੈਗੀ ਉਹ ਹੈਗਾ ਨੀਲਮ ਵਾਈਫ ਆਫ ਜੋਗਾ ਰਾਮ ਮਲਕਪੁਰ ਦੇ ਆ ਉਹਨਾਂ ਦਾ ਲੜਕਾ ਹੈ ਕ੍ਰਿਸ਼ਨਾ ਕਹਿੰਦਾ ਜੋਗਾ ਰਾਮ ਮਲਕਪੁਰ ਦੇ ਇਹ ਦੋਨੋਂ ਇਹਨਾਂ ਦੋਨਾਂ ਦੀ ਲੜਾਈ ਹੋਈ ਹੈ ਜਿਹਦਾ ਕੁਮਾਰ ਇਹਨਾਂ ਪਰਿਵਾਰ ਇਹ ਵੀ ਮਲਕਪੁਰ ਦੇ ਹੈ ਜੀ ਅਤੇ ਇਹਨਾਂ ਦੋ ਇਹਨਾਂ ਦਾ ਜਿਹੜਾ ਪਰਚਾ ਕੱਟਿਆ ਜਾ ਰਿਹਾ ਤਾਂ ਪੁਲਿਸ ਨੇ ਇਨਫੋਰਮੇਸ਼ਨ ਦਿੱਤੀ ਹੈ ਫਗਵਾੜਾ ਤੋਂ ਜੈ ਸ਼ਰਮਾ ਦੀ ਰਿਪੋਰਟ ਸ਼੍ਰੀ ਸ਼ਾਮ ਜੋਤਿਸ਼ ਕੇਂਦਰ ਗੁਰਾਇਆ ਜੋ 24 ਘੰਟਿਆਂ ਵਿੱਚ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਹੱਲ ਜੇਕਰ ਤੁਹਾਡਾ ਪਤੀ ਪ੍ਰੇਮੀ ਜਾਂ ਬੇਟਾ ਕਿਸੇ ਦੇ ਵਸ ਵਿੱਚ ਹੈ ਤਾਂ ਘਬਰਾਉਣਾ ਪਿਆਰ ਵਿੱਚ ਧੋਖਾ ਖਾਤੇ ਪ੍ਰੇਮੀ ਪ੍ਰੇਮਿਕਾ ਜਲਦ ਸੰਪਰਕ ਕਰਨ ਅਸੀਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ ਕੋਰਟ ਕਚਹਿਰੀ ਵਿੱਚ ਜਿੱਤ ਜਾਂ ਵਿਦੇਸ਼ ਯਾਤਰਾ ਇੱਕ ਫੋਨ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ ਪੰਡਿਤ ਵੀ ਕੇ ਸ਼ਾਸਤਰੀ 0996268782